ਸਾਡਾ ਵੋਟ ਇਮਰਾਨ ਨੂੰ ਪੈਣਾ ਹੈ, ਇਹ ਸਾਡਾ ਹੈ, ਸਾਡੇ ਵਿੱਚੋਂ ਹੈ, ਅਸੀਂ ਇਹਦੇ ਨਾਲ ਹੀ ਰਹਿਣਾ ਹੈ, ਸਾਡਾ ਵੋਟ ਇਮਰਾਨ ਨੂੰ ਪੈਣਾ ਹੈ। ਕਿਆ ਬਾਤ, ਸਾਡਾ ਵੋਟ ਇਮਰਾਨ ਨੂੰ ਪੈਣਾ ਹੈ, ਇਹ ਸਾਡਾ ਹੈ, ਸਾਡੇ ਵਿੱਚੋਂ ਹੈ, ਅਸੀਂ ਇਹਦਾ ਸਾਥ ਨਿਭਾਉਣਾ ਹੈ, ਅਸੀਂ ਇਹਦੇ ਨਾਲ ਹੀ ਰਹਿਣਾ ਹੈ, ਸਾਡਾ ਵੋਟ ਇਮਰਾਨ ਨੂੰ ਪੈਣਾ ਹੈ। ਅਸਲਾਮ ਅਲੈਕਮ ਜੀ ਤਮਾਮ ਦੋਸਤਾਂ ਨੂੰ, ਕੈਸੇ ਹੋ ਸਭ ਦੋਸਤ, ਮੈਂ ਬੋਲ ਰਿਹਾ ਤੁਹਾਡਾ ਭਰਾ ਅਮਰ ਗਾਜ਼ੀ, ਤੁਸੀਂ ਮੈਨੂੰ ਵੇਖ ਰਹੇ ਹੋ ਮੇਰੇ ਯੂਟਿਊਬ ਔਰ ਫੇਸਬੁੱਕ ਪੇਜ ਉੱਤੇ। ਬਹੁਤ ਵੱਡੇ ਸ਼ਾਇਰ ਨੇ ਜਿਹੜੇ ਸਾਡੇ ਕੋਲ ਬੈਠੇ ਨੇ, ਇਮਰਾਨ ਹੀ ਇਹਨਾਂ ਦਾ ਨਾਂ ਹੈ, ਔਰ ਐਸੀ ਇਨਕਲਾਬੀ ਸ਼ਾਇਰੀ ਹੈ ਕਿ ਮੈਂ ਥੋੜ੍ਹੀ ਜਿਹੀ ਸੁਣੀ ਹੈ ਔਰ ਬੜਾ ਹੀ ਮਜ਼ਾ ਮੈਨੂੰ ਆਇਆ, ਅਤੇ ਇਨਸ਼ਾਅੱਲਾ ਤੁਹਾਨੂੰ ਜਨਾਬ ਇਹਨਾਂ ਦੀ ਸ਼ਾਇਰੀ ਵੀ ਸੁਣਾਉਂਦੇ ਹਾਂ ਔਰ ਇਹਨਾਂ ਨਾਲ ਗੱਪਸ਼ਪ ਕਰਦੇ ਹਾਂ ਕਿ ਜ਼ਿੰਦਗੀ ਦੀਆਂ 68 ਬਹਾਰਾਂ ਨੇ ਜਿਹੜੀਆਂ ਉਹ ਵੇਖ ਚੁੱਕੇ ਨੇ, ਅਤੇ ਬੇਸ਼ੁਮਾਰ ਗੱਲਾਂ ਨੇ ਜਿਹੜੀਆਂ ਉਹ ਇਹਨਾਂ ਕੋਲੋਂ ਅਸੀਂ ਮੁਸਤਫੀਦ ਹੁੰਦੇ ਹਾਂ। ਅਤੇ ਅਸੀਂ ਮੌਜੂਦ ਹਾਂ ਜੀ ਲਾਹੌਰ ਵਿੱਚ, ਲਾਹੌਰ ਸ਼ਹਿਰ ਦੇ ਵਿੱਚ ਚੌਧਰੀ ਮਹਿਮੂਦ ਅਲ ਹਸਨ ਸਾਹਿਬ ਦੇ ਡੇਰੇ 'ਤੇ ਹਾਂ ਅਸੀਂ। ਅਤੇ ਜਨਾਬ ਅਸਲਾਮ ਅਲੈਕੁਮ, ਮਾਸ਼ਾਅੱਲਾ ਤੁਹਾਡੀ ਮੈਂ ਥੋੜ੍ਹੀ ਜੀ ਸ਼ਾਇਰੀ ਸੁਣੀ, ਕਿਆ ਹੀ ਬਾਤ ਹੈ ਜੀ, ਮਜ਼ਾ ਆਇਆ ਸਾਨੂੰ। ਬਸ ਜੀ ਇਹ ਸ਼ਾਇਰੀ ਨਹੀਂ ਹੈਗੀ, ਮਤਲਬ ਮੇਰੇ ਦਿਲ ਦੀ ਆਵਾਜ਼ ਹੈਗੀ ਹੈ ਔਰ ਮੇਰੀ ਮੁਹੱਬਤ ਮੇਰੇ ਮੁਲਕ ਨਾਲ ਔਰ ਮੇਰੇ ਲੀਡਰ ਨਾਲ ਹੈ, ਜਿਹਨੂੰ ਮੈਂ ਲਫਜ਼ਾਂ ਦਾ ਲਿਬਾਸ ਪਵਾਉਂਦਾ ਵਾਂ ਅਤੇ ਉਹ ਅੱਛੇ ਬਣ ਜਾਂਦੇ ਨੇ, ਤੁਹਾਨੂੰ ਅੱਛੇ ਲੱਗਦੇ ਨੇ। ਇਹ ਮੇਰੀ ਕਾਮਯਾਬੀ ਨਹੀਂ ਹੈ, ਖਾਨ ਸਾਹਿਬ ਦੀ ਕਾਮਯਾਬੀ ਹੈ, ਪਾਕਿਸਤਾਨ ਦੀ ਕਾਮਯਾਬੀ ਹੈ ਕਿ ਜਿਹੜੀ ਚੀਜ਼ ਨੂੰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ ਉਹ ਤੁਹਾਡੇ ਦਿਲ ਦੇ ਵਿੱਚ ਹੈਗੀ ਹੈ ਔਰ ਤੁਹਾਨੂੰ ਉਸ ਵਾਸਤੇ ਚੰਗੀ ਲੱਗਦੀ ਹੈ ਕਿ ਤੁਸੀਂ ਵੀ ਉਸ ਤਰ੍ਹਾਂ ਹੀ ਸੋਚਦੇ ਪਏ ਹੋ। ਕੋਈ ਸ਼ੱਕ ਨਹੀਂ। ਅੱਛਾ ਤੁਸੀਂ ਇਹ ਦੱਸੋ ਸਾਨੂੰ ਕਿ ਤੁਹਾਡੇ ਜ਼ਿਹਨ ਵਿੱਚ ਇਹਦੀ ਸ਼ਾਇਰੀ ਹੈ ਕਿਸ ਤਰ੍ਹਾਂ ਉਤਰਦੀ ਹੈ, ਯਾਨੀ ਕੋਈ ਪਲਾਨਿੰਗ ਕਰਕੇ ਪੈਂਦੀ ਹੋ ਕਿ ਇੱਕ ਲਫ਼ਜ਼ ਹੁੰਦਾ ਹੈ ਇਹਨੂੰ ਮੈਂ ਲੈਣਾ ਹੈ ਅਤੇ ਇੱਕ ਜੁਮਲਾ ਬਣਾਉਣਾ ਹੈ? ਨਹੀਂ ਨਹੀਂ ਇਸ ਤਰ੍ਹਾਂ ਦੀ ਨਹੀਂ ਗਾਇਆ, ਕੋਈ ਉਹ ਗ੍ਰਾਮਰ ਤਰੀਕੇ ਕਿ ਲਫ਼ਜ਼ਾਂ ਦੇ ਉਹ ਫਿਕਰੇ ਬਣਾਉਣੇ ਨੇ, ਇਹ ਇੱਕ ਕਫੀਅਤ ਹੁੰਦੀ ਹੈ ਔਰ ਇਹਦਾ ਮੈਨੂੰ ਆਪ ਨੂੰ ਨਹੀਂ ਅੰਦਾਜ਼ਾ ਹੁੰਦਾ ਕਿ ਇੱਕ ਬੇਚੈਨੀ ਜਿਹੀ ਆਉਂਦੀ ਹੈ ਅਤੇ ਮੈਨੂੰ ਆਪ ਨਹੀਂ ਸਮਝ ਆਉਂਦੀ ਮੇਰੀ ਤਬੀਅਤ ਕਿਉਂ ਬੇਚੈਨ ਹੈ, ਅਤੇ ਉਹ ਮੈਂ ਉੱਠ ਕੇ ਬਹਿ ਜਾਂਦਾ, ਸੁੱਤਾ ਵੀ ਹੋਵਾਂ ਤਾਂ ਉੱਠ ਪੈਂਦਾ ਵਾਂ, ਅਤੇ ਫਿਰ ਇੱਕਦਮ ਕੋਈ ਚੀਜ਼ ਅੱਲਾ ਪਾਕ ਅਨਾਇਤ ਕਰਦਾ ਅਤੇ ਉਹਨੂੰ ਕਾਗਜ਼ 'ਤੇ ਮੁੰਤਕਿਲ ਕਰ ਦਿੰਦੇ। ਕੁਦਰਤੁੱਲਾ ਸ਼ਾਹ ਸਾਹਿਬ ਨੇ, ਮੈਂ ਉਹਨਾਂ ਨੂੰ ਪੜ੍ਹਿਆ, ਉਹਨਾਂ ਦਾ ਸ਼ਾਹਨਾਮਾ ਉਹਨਾਂ ਲਿਖਿਆ ਜੀ, ਉਹਨਾਂ ਨੂੰ ਮੈਂ ਕਹਿੰਦਾ ਮਾਡਰਨ ਵਲੀ, ਉਹਨਾਂ ਇੱਕ ਜਗ੍ਹਾ ਉੱਤੇ ਲਿਖਿਆ, ਕਹਿੰਦੇ ਨੇ ਮੈਂ ਡੀਸੀ ਚਾਂਗ ਸੀ ਜੀ, ਅਤੇ ਮੈਨੂੰ ਨਾ ਇੱਕ ਲੈਟਰ ਵਸੂਲ ਹੋਇਆ, ਉਹ ਲੈਟਰ ਸੀ ਅਲਾਮਾ ਇਕਬਾਲ ਦੇ ਜ਼ਾਤੀ ਮੁਲਾਜ਼ਮ ਅਲਾਈ ਬਖਸ਼ ਦਾ, ਅਲਾਈ ਬਖਸ਼ ਦਾ, ਠੀਕ। ਉਹ ਕਹਿੰਦੇ ਨੇ ਕਿ ਮੈਨੂੰ ਜਿਸ ਵਕਤ ਉਹ ਲੈਟਰ ਵਸੂਲ ਹੋਇਆ ਕੁਦਰਤੁੱਲਾ ਸ਼ਾਹ ਲਿਖਦੇ ਨੇ, ਮੈਂ ਪੜ੍ਹਿਆ ਜਿਸ ਵਕਤ, ਅਤੇ ਉਹ ਲੈਟਰ ਸੀ ਅਲਾਈ ਬਖਸ਼ ਦਾ, ਔਰ ਉਹਨਾਂ ਨੇ ਅਪੀਲ ਕੀਤੀ ਸੀ ਕਿ ਮੇਰੀ ਜ਼ਮੀਨ ਹੈ 25 ਕਿੱਲੇ ਝੰਗ ਵਿੱਚ ਜਿਹਦੇ ਉੱਤੇ ਇੱਕ MNA ਜਿਹੜਾ ਉਹ ਕਾਬਜ਼ ਹੈ, ਔਰ ਮੈਨੂੰ ਉਸ ਵਕਤ ਯਾਨੀ ਸਰਕਾਰ ਦੀ ਤਰਫ ਤੋਂ ਅਲਾਟਮੈਂਟ ਹੋਈ ਸੀ, ਲੇਕਿਨ ਅੱਜ ਤੱਕ ਉਹਦਾ ਮੈਨੂੰ ਕੋਈ ਕਬਜ਼ਾ ਨਹੀਂ ਲੱਭ ਸਕਿਆ, ਉਹ ਇੱਕ MNA ਜਿਹੜਾ ਉਹ ਦੇ ਅੰਡਰ ਹੈ। ਕੁਦਰਤੁੱਲਾ ਸ਼ਾਹ ਕਹਿੰਦੇ ਨੇ ਕਿ ਮੈਂ ਸੋਚਿਆ ਕਿ ਬਜਾਏ ਇਸ ਦੇ ਕਿ ਉਹਨਾਂ ਨੂੰ ਬੁਲਾਵਾਂ, ਇੱਕ ਉਹਨਾਂ ਲੋਕਾਂ ਦਾ ਇੱਕ ਤਕੱਦਸ ਹੁੰਦਾ ਸੀ, ਇੱਕ ਅਕੀਦਤ ਹੁੰਦੀ ਸੀ, ਉਹ ਕਹਿੰਦੇ ਨੇ ਕਿ ਮੈਂ ਚਲਾ ਗਿਆ ਲਾਹੌਰ ਜਿੱਥੇ ਅਲਾਈ ਬਾਦਸ਼ਾਹ ਰਾਣਾ ਨੇ ਆਪਣਾ ਐਡਰੈਸ ਲਿਖਿਆ ਸੀ, ਉਹ ਮੈਂ ਲੈਟਰ ਵੀ ਨਾਲ ਨਹੀਂ ਲਿਆ, ਜ਼ਮੀਨ ਦੇ ਸਾਰੇ ਫਾਰਮ ਸ਼ਾਰਮ ਵੀ ਉਹਨਾਂ ਕੋਲ ਛੁਡਾ ਕੇ ਉਹ ਵੀ ਨਾਲ ਨਹੀਂ ਲਏ। ਉਹ ਕਹਿੰਦੇ ਨੇ ਮੈਂ ਇਸ ਵਕਤ ਉੱਥੇ ਗਿਆ ਅਤੇ ਮੈਂ ਅਲਾਈ ਬਾਦਸ਼ਾਹ ਨੇ ਜਿਹੜੇ ਉਹਨਾਂ ਨੂੰ ਨਾਲ ਲਿਆ, ਉਹਨਾਂ ਨੂੰ ਮੈਂ ਕਿਹਾ ਜੀ ਕਿ ਹੈ ਤੁਹਾਡੀ ਜ਼ਮੀਨ, ਤੁਸੀਂ ਮੈਨੂੰ ਲੈਟਰ ਵਿੱਚ ਲਿਖਿਆ ਸੀ ਤੁਹਾਡੇ ਕਾਗਜ਼ਾਤ ਨੇ, ਤਾਂ ਆਓ ਮੈਂ ਤੁਹਾਨੂੰ ਨਾ ਤੁਹਾਡੀ ਜ਼ਮੀਨ ਵੀ ਵਿਖਾ ਦਿਆਂ ਤਾਂ ਕਿ ਤੁਸੀਂ ਉੱਥੇ ਆਪਣੀ ਕਾਸ਼ਤਕਾਰੀ ਕਰ ਸਕੋ, ਕਬਜ਼ਾ ਤੁਹਾਨੂੰ ਲੱਗ ਜਾਵੇ। ਕਹਿੰਦੇ ਨੇ ਲਾਈਵ ਬਾਦਸ਼ਾਹ ਮੇਰੇ ਨਾਲ ਆਇਆ, ਜਿਸ ਵਕਤ ਮੈਂ ਪਹੁੰਚਿਆ, ਮੈਂ ਮਤਲਬ ਲਾਹੌਰ ਤੋਂ ਨਿਕਲਿਆ ਇੱਕ ਪਾਣ ਵਾਲੇ ਖੋਖੇ ਉੱਤੇ, ਮੈਂ ਗੱਡੀ ਰੋਕੀ, ਮੇਰਾ ਦਿਲ ਕੀਤਾ ਲਾਹੌਰ, ਮੈਂ ਜਦੋਂ ਆਉਂਦਾ ਸੀ ਮੈਂ ਪਾਣ ਖਾਂਦਾ ਸੀ, ਇਹੀ ਸਾਡੀ ਐਸ਼ੀ ਹੁੰਦੀ ਸੀ। ਕਹਿੰਦੇ ਮੈਂ ਨਾ ਪਾਣ ਖਾਧਾ, ਉੱਥੋਂ ਲਿਆ ਲਓ ਪਾਣ ਨੂੰ ਪਾ ਲਿਆ, ਉਹਨਾਂ ਨੂੰ ਵੀ ਪੁੱਛਿਆ ਲਾਈਵ ਬਾਦਸ਼ਾਹ ਨੂੰ, ਉਹਨੇ ਕਿਹਾ ਨਹੀਂ ਨਹੀਂ ਮੈਂ ਨਹੀਂ ਖਾਂਦਾ। ਉਹ ਹੁਣ ਗੱਡੀ ਦੇ ਪਿੱਛੇ ਬੈਠੇ ਆ ਸੀ, ਕਹਿੰਦੇ ਡਰਾਈਵਰ ਸੀ ਅਤੇ ਮੈਂ ਫਰੰਟ ਸੀਟ ਉੱਤੇ ਸੀ, ਤਾਂ ਲਾਈਵ ਬਾਦਸ਼ਾਹ ਜਿਹੜਾ ਉਹਨੇ ਨਾ ਬੜਾ ਨਾਗਵਾਰ ਉਹਨੂੰ ਗੁਜ਼ਰਿਆ ਜਿਸ ਉੱਤੇ ਮੈਂ ਪਾਣ ਖਾਧਾ। ਤਾਂ ਕਹਿੰਦੇ ਮੈਂ ਤਾਂ ਉਹਨੂੰ ਇਹ ਪੁੱਛਿਆ ਵੀ ਕਿਆ ਲਾਵਾਂ, ਇਸ ਵਾਰ ਵੀ ਇਸ ਤਰ੍ਹਾਂ ਦੀ ਐਸ਼ੀ ਕਰਦੇ ਸਾਂ, ਉਹਨੇ ਕਿਹਾ ਜੀ ਉਹ ਸਿਰਫ ਹੋਕਾ ਪੀਂਦੇ ਸਾਂ। ਫਿਰ ਕਹਿੰਦਾ ਮੇਰੇ ਦਿਲ 'ਚ ਇੱਕ ਤਜੱਸਸ ਆਇਆ ਕਿ ਮੈਂ ਉਹਨਾਂ ਨੂੰ ਪੁੱਛਾਂ, ਕਹਿੰਦਾ ਲਾਈ ਆਪਣਾ ਕੁਦਰਤੁੱਲਾ ਸ਼ਾਹ ਕਿ ਮੈਂ ਲਾਈ ਬਖਸ਼ ਸਾਹਿਬ ਨੂੰ ਪੁੱਛਿਆ ਕਿ ਸਾਨੂੰ ਨਾ ਕੋਈ ਇਕਬਾਲ ਸਾਹਿਬ ਦੀ ਕੋਈ ਮਜ਼ੇਦਾਰ ਗੱਲਾਂ ਸੁਣਾਓ, ਕਿ ਉਹਨਾਂ ਉੱਤੇ ਐਡੀ ਸ਼ਾਇਰੀ ਸੀ, ਉਹ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਦੇ ਸਨ। ਉਹਨਾਂ ਕਿਹਾ ਜੀ ਕਿ ਅਲਾਮਾ ਇਕਬਾਲ ਦੀ ਆਦਤ ਸੀ ਕਿ ਉਹ ਧੱਜਣ ਵੇਲੇ ਉੱਠ ਜਾਂਦੇ ਸਨ, ਉੱਠ ਕੇ ਅਤੇ ਉਹਨਾਂ ਫਜਰ ਤੱਕ ਧੱਜਣ ਦੇ ਨਵਾਫਲ ਔਰ ਮਸੱਲੇ ਉੱਤੇ ਰਹਿਣਾ, ਫਜਰ ਦੀ ਨਮਾਜ਼ ਤੋਂ ਬਾਅਦ, ਯਾਨੀ ਕੁਰਾਨ ਮਜੀਦ ਵੀ ਉਸ ਦੌਰਾਨ ਪੜ੍ਹਦੇ ਸਨ ਸਾਰੇ ਉਹ ਆਪਣੇ, ਫਜਰ ਦੀ ਨਮਾਜ਼ ਤੋਂ ਬਾਅਦ ਉਹਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਸੀ ਨਾ ਉਹ ਹੁੱਕਾ ਸੀ, ਮੇਰਾ ਕੰਮ ਸੀ ਉਹਨਾਂ ਨੂੰ ਹੁੱਕਾ ਪਾ ਕੇ ਦੇਣ, ਹੁੱਕਾ ਉਹ ਪੀਂਦੇ ਸਨ। ਲਾਈਫ ਬਸ਼ ਕਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ਾਇਰੀ ਉਹਨਾਂ ਦੀ ਜਿਹੜੀ ਉਹ ਕਿਸ ਤਰ੍ਹਾਂ ਆਉਂਦੀ ਸੀ, ਅਤੇ ਉਹਨਾਂ ਕਿਹਾ ਜੀ ਕੋਈ ਸ਼ਾਇਰੀ ਇੰਝ ਆਉਂਦੀ ਸੀ ਕਿ ਜਿਸ ਵਕਤ ਸੁਬਾਹ ਫਜਰ ਦੀ ਨਮਾਜ਼ ਤੋਂ ਬਾਅਦ ਫਾਰਗ ਹੁੰਦੇ ਸਨ, ਅਤੇ ਉਸ ਵਕਤ ਨਾ ਉਹ ਕਲਮ ਅਤੇ ਜਿਹੜੀਆਂ ਉਸ ਵਕਤ ਦੀਆਂ ਸਨ ਕਲਮ ਪੈਨਸਲ ਜੋ ਵੀ ਸੀ ਉਹ ਲੈ ਕੇ ਨਾ ਫਿਰ ਬਹਿ ਜਾਂਦੇ ਸਨ, ਜਿਹੜੀ ਫਿਰ ਗੱਲ ਉਹਨਾਂ ਨੂੰ ਦਿਲ ਵਿੱਚ ਜ਼ਿਹਨ ਵਿੱਚ ਆਉਣੀ ਹੈ ਉਹਨਾਂ ਉਹ ਲਿਖਦੇ ਆ ਜਾ ਕੇ, ਤੋ ਰਾਤ ਤੱਕ ਜਨਾਬ ਦੀਵਾਨ ਜਾਂ ਮਤਲਬ ਇੱਕ ਵਰਕੇ ਦੋ ਤਰ੍ਹਾਂ ਦੇ ਸਨ ਲਿਖਦੇ ਸਨ ਲਿਖ ਸਕਦੇ ਸਨ ਬਿਲਕੁਲ ਐਸਾ ਨਹੀਂ। ਇਹ ਜਿਹੜਾ ਇਹ ਕਿਆ ਨਾਜ਼ਲ ਹੁੰਦੀ
नाजल कोई चीज नहीं होती, नाजल चीजा तो पैगंबरां ते होंदियां, ते असीं ते गुनाहगार आदमी आ। एक तसव्वुर है उहदे विच कोई आ गया जिस तरह कोई तुहानूं दसदा है बोलदा कि इंज वी चीज़ हो सकती है, देखो ना एक तुसीं बैठे हो एकदम तुहाडे दी ख्याल जो एंट करदा है कि यार ये चीज़ इस तरह भी तो हो सकती है और इहनूं इस तरह भी तो किया जा सकता है, देखो ना हो सकती है तो किया जा सकता है, वह हो सकते हैं तो किया जा सकन अपने लफ्जा ढाल के दिखा सकते लैण सरे शाम निकलते हैं उन राहों पे अकेले, बिखरे हैं तेरी यादों के गुलाब जहां अब भी। सरे शाम निकलते हैं उन्हीं राहों पे अकेले, उन्हीं राहों पे अकेले, सरे शाम निकलते हैं उन्हीं राहों पे, उन्हीं राहों मतलब जितने कट्टे से चल रहे होने सा, सरे शाम निकलते हैं उन्हीं राहों पे अकेले, बिखरे हैं तेरी यादों के गुलाब जहां अब भी। शिद्दत जज्बात से उबरता है यादों का सैलाब, खींच लेता है मुझे और मैं बह जाता हूँ अभी। आजमाओ ना हमें इतना के पछताना पड़े खुद तुमको, जहां से गुजर जाए फिर तेरे लिए ये हौसला है अभी। तुम तो जब से दूर हुए शायद सब कुछ भूल गए, लेकिन तेरी याद को थामे हम तो यहाँ खड़े हैं अब भी। कोई पल तुमसे दूर रहूं सोचा नहीं था मैंने कभी, ऐसा कैसे मुमकिन हुआ ना सिर सोच रहा हूँ। अच्छा सानू ना जी साढ़े सुनने वाले ने जेड़े उन्होंने ये दसो कि तुम इमरान खान को क्यों सपोर्ट करते हो? मैं इमरान खान को सपोर्ट नहीं करता, मैं पाकिस्तान नूं सपोर्ट करना। जेड़ा बंदा पाकिस्तान दी गल करेगा, मेरे अल्लाह दी गल करेगा, मेरे रसूल दी गल करेगा, वो मेरा लीडर होएगा। मैं इमरान खान नूं ते इन्ना नहीं कि डैमी बनाता है उत्ते, जेड़ी गल तुसी करो उस गल नूं मैं तुहाडा भी फॉलो होवांगा। मैं अपनी जिंदगी दा तुहानूं गल दसां, मैं जिन्ने इलैक्शन होए ने मेरे कोल इक वारी गलती होई है, मैं नवाज शरीफ नूं वोट पाया जदों मैं जवान सां जी, मैं लाहौरी में एक बारी वोट पाया प्योर। अच्छा, कई सौ साल पहले दे कांसेप्ट है कि वो मियां नवाज शरीफ बरादरां तों अलावा किधरे नहीं जांदे। यार लाहौर नूं ऐ कह सकदे हो कि उन्हां दी कुछ से हैगी सी, क्योंकि ओ मिल ओनर सर, फैक्ट्री ओनर सर, ते जो मजदूर तबका सी ओ उन्हां दे इशारियां ते चलदा सी। कुछ उन्हां दी ओ मोनोपोली सी ते कुछ उन्हां दी करप्शन सी और पैसे दा जोर सी, कुछ धांधली सी। ओ ए चीज़ां सारियां तीन चार एंगल्स नूं कट्टियां करोगे ना ते उन्हां दी वजारत बन जांदी सी। अगर ओ हुण जिस तरह उन्हां मैदान मिलिया क्यों नसदे पए ने, ओही बंदे ने ना लाहौर च, जिस तरह इमरान खान कल परसों अदालत दे विच काम होया जिस तरह मैं एक शेर लिखिया के चोए असी रहना है साडा वोट इमरान नूं पैणा है, अपनी जिंदगी गल कर रहा गल किसी होर रोकते हैं। मैं तुम कह रहा मेरे को जिंदगी एक बार गलती हुई है, मैं अनमैच्योर सा, मैं अनमैच्योर सा और मैं हवा के रुख से चल दिया है। इन्हें वोट पाता है यार लाहौर का बंदा अमीर आदमी है, इन्हें लालच कोई नहीं होनी, धोखा फरेब नहीं करेगा तो चल इन वोट पा दी है। लेकिन उस तो बाद जिसने असी ऐसी फील्ड वर्क वेखिया ए चीज़ा देखिया तो सू समझ आई अभी किस चोर वोट पाता है। और मैं उस तो बाद जिन्हें भी इलेक्शन हुए ने अज तक मैं कभी किसी पार्टी नहीं वोट पाया। मैं देखना मेरे हल्के कि बंदा जरा मेरे म्यार से पूरा उतरता है और जरा ऑनेस्ट मैन लगता है मैं उन्हें वोट पाया भावे संदूकड़ी चो मेरा कला वोट निकले। अच्छा,
ਕੀ ਤੁਹਾਨੂੰ ਦੱਸੀ ਹੈ ਵਿਊ ਇਹਨਾਂ ਦਾ ਢਲਾਈ ਦਾ ਕੰਮ ਕਰਦਾ ਸੀ ਤੇ ਦੋ ਦੁਆਨੀ ਦਾ ਗੱਟਰ ਖਰੀਦ ਕੇ ਤੇ ਉਹਨੂੰ ਢਾਲ ਢਾਲ ਕੇ ਤੇ ਫਿਰ ਕਾਰਪੋਰੇਸ਼ਨ ਕੋਲੋਂ ਇਹਨੇ ਠੇਕਾ ਲਿੱਤਾ ਹੋਇਆ ਸੀ ਗੱਟਰ ਲਾਉਣ ਦਾ ਇੱਧਰੋਂ ਗੱਟਰ ਬਣਾ ਕੇ ਦਿੰਦਾ ਸੀ ਰਾਤ ਨੂੰ ਚੋੜਾਂ ਕੋਲੋਂ ਦੋਨੀ ਦਾ ਖਰੀਦ ਕੇ ਫਿਰ ਸਵੇਰੇ ਉਹ ਸਪਲਾਈ ਕਰ ਦਿੰਦਾ ਸੀ ਤੇ ਇਸ ਟਾਈਮ ਉਹਨਾਂ ਦੀਆਂ ਚਾਰ ਸ਼ੂਗਰ ਮਿਲਾਂ ਨੇ ਅੱਠ ਨੇ ਜਿਹੜੀਆਂ ਰੋਲ ਮਿਲਾਂ ਨੇ ਮੇਰੀ ਗੱਲ ਸੁਣੋ 12 ਟੈਕਸਟਾਈਲ ਮਿਲਾਂ ਨੇ ਉਸ ਤੋਂ ਬਾਅਦ ਦੂਸਰੀ ਇੰਡਸਟਰੀ ਜਿਹੜੀ ਉਹਦਾ ਕੋਈ ਆਤਾ ਨਹੀਂ ਯਾਨੀ ਟੋਟਲ ਜਿੰਨਾ ਵੀ ਗਿਣੋਗੇ ਨਾ ਤੁਸੀਂ ਜਿੰਨਾ ਵੀ ਗਿਣ ਲਵੋ ਜਿੰਨੀ ਤੁਹਾਡਾ ਸਟੈਮਿਨਾ ਜਾਂ ਜਿੰਨੀ ਤੁਹਾਡਾ ਨੌਲੇਜ ਹੈ ਜਿੱਦ ਤੁਸੀਂ ਤੁਹਾਡੀ ਅਪਰੋਚ ਹੈ ਤੁਸੀਂ ਉਹਨਾਂ ਦੀ ਦੌਲਤ ਦਾ ਆਤਾ ਨਹੀਂ ਕਰ ਸਕਦੇ ਇੰਨਾ ਕੁ ਉਹਨਾਂ ਨੇ ਪਾਕਿਸਤਾਨ ਨੂੰ ਲੁੱਟਿਆ ਹੈ ਮੈਂ ਤੁਹਾਨੂੰ ਦੱਸਣਾ ਪਿਆ ਗੱਟਰ ਚੋਰ ਸਨ ਹੁਣ ਗੱਟਰ ਚੋਰ ਵੀ ਮੀਰ ਹੋਏ ਨਾ ਕਦੀ ਉਹ 10 ਮਰਲੇ ਦਾ ਘਰ ਸੀ ਢਲਾਈ ਦਾ ਕੰਮ ਕਰਦੇ ਸਨ ਵੀ ਉਹ ਇਹਨਾਂ ਦਾ ਛੱਤ ਆਪ ਹੀ ਸੀ ਆਪ ਉਹਨੇ ਸੰਧੀ ਪਣੀ ਭਰਾਵਾਂ ਨੂੰ ਬਧਾਨ ਪੜਾਇਆ ਹੋਇਆ ਸੀ ਕਿ ਮੈਂ ਵਲ ਕੇ ਬੈਠਾ ਜਾਂ ਤੁਸੀਂ ਉੱਤੋਂ ਪੁੱਟੀ ਜਾਓ ਮੀਆਂ ਜੀ ਕੋ ਖੂਨ ਉਹਨਾਂ ਦਾ ਬੋਲਦਾ ਜੀ ਬਧਾਨ ਨੂੰ ਆਣ ਵਾਲ ਕੇ ਉਹ ਦੰਦੇ ਸੰਧੀ ਪੜ ਕੇ ਬੈਠਾ ਰਹਿੰਦਾ ਇਹੋ ਜਿਹੇ ਤਾਂ ਲੋਕ ਹੋਏ ਨੇ ਇਹਨਾਂ ਦਾ ਤੇ ਆਪਸ ਵਿੱਚ ਬਿਆਨ ਪਿਓ ਦਾ ਉਹ ਮਰੀਮ ਕਹਿੰਦੀ ਸਾਡਾ ਦਾਦਾ ਅਰਬਪਤੀ ਉਹ ਕਹਿੰਦਾ ਉਹ ਸਾਡਾ ਵੀ ਉਹ ਗਰੀਬ ਆਦਮੀ ਵਾਸ਼ੀ ਵੀ ਆਖਿਆ ਨਾ ਹਾਂ ਭਾਈ ਮੈਂ ਇੱਕ ਉਹ ਛੱਡੋ ਇਹਨਾਂ ਨੂੰ ਤੇ ਸਨਤਕਾਰ ਦਾ ਫਾਤਿਸ਼ ਵਾਸ਼ੀ ਵੀ ਆਖਿਆ ਸੀ ਮੈਨੂੰ ਫਖਰ ਹੈ ਮੈਂ ਗਰੀਬ ਕਿਸਾਨ ਹਾਂ ਔਰ ਗੂਗਲ ਤੇ ਤੁਸੀਂ ਸਰਚ ਮਾਰੋ ਤੇ ਤੁਹਾਨੂੰ ਉਹ ਦੁੱਲਾ ਹਰਾਂ ਦੇ ਕਿਸਾਨ ਨਿਕਲ ਆਏਗਾ ਤੇ ਹੁਣ ਕਿਹਾ ਹੈ ਜੀ ਇੰਡੀਆ ਹਾਂਜੀ ਮਿਸ਼ਰਫ ਸਾਹਿਬ ਨੇ ਨਾਲ ਉਸ ਸੌਰੀ ਮਿਸ਼ਰਫ ਕਹਿੰਦਾ ਪਿਆ ਜਨਰਲ ਜ਼ਿਆਦੀ ਹੈਗਾ ਜਨਰਲ ਜ਼ਿਆਦ ਦੇ ਦੌਰ ਵਿੱਚ ਬਣੇ ਸਨ ਵਜ਼ੀਰ-ਏ-ਆਲਾ ਉਹਨੂੰ ਪ੍ਰਮੋਟ ਕੀਤਾ ਸੀ ਵਜ਼ੀਰ-ਏ-ਆਲਾ ਬਣੇ ਤੇ ਉਹਨਾਂ ਨੂੰ ਨਾਲ ਲੈ ਕੇ ਇੰਡੀਆ 'ਚ ਚਲਾ ਗਿਆ ਜਿਹੜਾ ਇੰਡੀਆ ਦਾ ਚੀਫ ਮਿਨਿਸਟਰ ਸੀ ਨਾ ਚੀਫ ਮਿਨਿਸਟਰ ਨਹੀਂ ਸੀ ਸਦਰ ਸੀ ਮਨਮੋਹਨ ਸਿੰਘ ਨਹੀਂ ਨਹੀਂ ਉਹ ਚੀਫ ਮਿਨਿਸਟਰ ਦੀ ਗੱਲ ਹੈ ਨਾ ਉਹਨਾਂ ਦੀ ਰਿਕਾਰਡ ਹੈ ਉਹ ਮਨਮੋਹਨ ਸਿੰਘ ਹੈਗਾ ਸੀ ਜਿਹੜਾ ਵੀ ਸਫਾਈ ਸਾਹਿਬ ਉਹਨਾਂ ਆਇਆ ਮਨਮੋਹਨ ਸਿੰਘ ਹੈਗਾ ਸੀ ਜਿਹੜਾ ਵੀ ਮਨਮੋਹਨ ਸਿੰਘ ਬੜੇ ਬਾਅਦ ਵਿੱਚ ਆਇਆ ਜਿਆ ਮਨਮੋਹਨ ਸਿੰਘ ਅਗਲੇ ਦਿਨ ਦੀ ਗੱਲ ਹੈ ਇਹ ਜਿਆ ਸਾਹਿਬ ਦੇ ਦੌਰ ਦੀ ਗੱਲ ਹੈ ਉਹ ਕਹਿੰਦੇ ਨੇ ਕਿ ਜਿਸ ਵਕਤ ਉਹ ਸਫਾਈ ਸਾਹਿਬ ਦੇਖਦੇ ਉਹ ਕਹਿੰਦੇ ਨੇ ਮੈਂ ਜਿਸ ਵਕਤ ਲੈ ਕੇ ਗਿਆ ਯਾਨੀ ਜਿਆ ਸਾਹਿਬ ਦੀ ਉਹ ਲਿਖ ਰਹੇ ਨੇ ਕਿ ਮੈਂ ਮੀਆਂ ਨਵਾਜ਼ ਸ਼ਰੀਫ ਨੂੰ ਲੈ ਕੇ ਗਿਆ ਨਾਲ ਮੈਨੂੰ ਸ਼ੱਕ ਪਿਆ ਪੈਂਦਾ ਸੀ ਇਹਨਾਂ ਦੀ ਸ਼ਕਲ ਮਹਾਂਦਰਾ ਵੇਖ ਕੇ ਫਿਰ ਉਹਨੇ ਪੁੱਛਿਆ ਉਹਨਾਂ ਨੂੰ ਇਹ ਗੱਲ ਉਹ ਕਹਿੰਦਾ ਤੁਸੀਂ ਦੁੱਲੇ ਨੂੰ ਹਾਰ ਦੇ ਪੁੱਤ ਰਹੇ ਹੋ ਮੀਆਂ ਸਾਹਿਬ ਨੇ ਜਿਹੜੇ ਬੜੇ ਸ਼ਰਮਾ ਗਏ ਤੇ ਉਹ ਜਿਆ ਸਾਹਿਬ ਸ਼ਾਕ ਹੋ ਗਏ ਕੌਣ ਕਿਥੋਂ ਚੱਲਿਆ ਤੇ ਕਿੱਥੇ ਆਇਆ ਸਾਰਾ ਕੁਛ ਬਾਹਰ ਆ ਜਾਏਗਾ ਥੈਂਕ ਯੂ ਜਨਾਬ ਸ਼ੁਕਰੀਆ ਉਹ ਡਿਫੈਂਡ ਵਾਲਾ ਕੋਈ ਮਾਮਲਾ ਨਹੀਂ ਗਾ ਮੈਂ ਤੁਹਾਨੂੰ ਦੱਸਣਾ ਪਿਆ ਵਾਂ ਮੇਰੀ ਨਾਕਸ ਰਾਏ ਮੇਰਾ ਜ਼ਾਤੀ ਤਜਰਬਾ ਗਲਤ ਵੀ ਹੋ ਸਕਦਾ ਹੈ ਮੇਰੀ ਜ਼ਾਤੀ ਰਾਏ ਗਲਤ ਵੀ ਹੋ ਸਕਦੀ ਕੁਛ ਲਾਹੌਰ 'ਚ ਇੰਨੇ ਕੁ ਮਤਲਬ ਬੰਦੇ ਹੈਗੇ ਨੇ ਜਿਹੜੇ ਕੋਈ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਧੜੇ ਦੇ ਬੰਦੇ ਹਾਂ ਗਲਤ ਨਾਲ ਖਲੋ ਗਏ ਅਤੇ ਭਾਵੇਂ ਗਲਤ ਹੈ ਅਸੀਂ ਉਹਦੇ ਨਾਲ ਹੀ ਰਹਿਣਾ ਮੈਂ ਆਪਣੇ ਆਪ ਦੀ ਇਸਲਾਹ ਨਹੀਂ ਕਰਨੀ ਉਹ ਇੱਕ ਜਾਹਲ ਸੀ ਉਹਨੂੰ ਪੁੱਛਿਆ ਓਏ ਤੂੰ ਪੀਪਲਸ ਪਾਰਟੀ ਨੂੰ ਵੋਟ ਕਿਉਂ ਪਾਉਣਾ ਉਹਨੇ ਕਿਹਾ ਮੇਰਾ ਅੱਬਾ ਜਿਹੜਾ ਸੀ ਨਾ ਉਹ ਪੀਪਲਸ ਪਾਰਟੀ ਦਾ ਸੀ ਉਹਨੇ ਕਿਹਾ ਉਹ ਤੇ ਪੁੱਠੋ ਦੇ ਟਾਈਮ ਦੀ ਗੱਲ ਹੈ ਤੇ ਤੇਰਾ ਪਿਓ ਤੇ ਅਕਲਮੰਦ ਸੀ ਉਸ ਵਕਤ ਪੁੱਠੋ ਲੀਡਰ ਸੀ ਉਹ ਰੱਚੀ ਗੱਲ ਕਰਦਾ ਸੀ ਇਸ ਵਾਸਤੇ ਉਹਨੇ ਉਹਨੂੰ ਪਸੰਦ ਕੀਤਾ ਤੇਰਾ ਆਪਣਾ ਵਿਜ਼ਨ ਕੋਈ ਨਹੀਂ ਕਿ ਤੂੰ ਉਹਨੂੰ ਫੈਸਲਾ ਕਰੇ ਕਿ ਖੂਨ ਕੌਣ ਚੰਗਾ ਮੈਂ ਤੇਰੇ ਪੇ ਨੂੰ ਗਲਤ ਨਹੀਂ ਕਹਿੰਦਾ ਕਿ ਉਹਨੇ ਪੁੱਠੋ ਨੂੰ ਵੋਟ ਪਾਇਆ ਉਸ ਵਕਤ ਦਾ ਲੀਡਰ ਪੁੱਠੋ ਸੀ ਔਰ ਉਹਨੇ ਉਹਨੂੰ ਪਸੰਦ ਕੀਤਾ ਉਹਨੇ ਵੋਟ ਪਾਇਆ ਉਹਨੇ ਅੱਛਾ ਫੈਸਲਾ ਕੀਤਾ ਕਿਆ ਅੱਜ ਦੇ ਹਾਲਾਤ ਨੂੰ ਦੇਖਦੇ ਆ ਤੂੰ ਫੈਸਲਾ ਨਹੀਂ ਕਰ ਸਕਦਾ ਤੇਰੀ ਆਪਣੀ ਕੋਈ ਰਾਏ ਨਹੀਂ ਹੈਗੀ ਤੇ ਐਸੇ ਤਰ੍ਹਾਂ ਹੀ ਲੋਕ ਨੇ ਜਿਹੜੇ ਮੇਰੇ ਚਾਚਾ ਨੇ ਕੋਈ ਯਾਰ ਜਾਹੇ ਲੋਕ ਨੇ ਉਹ ਤੂੰ ਕਿਹਨੂੰ ਵੋਟ ਪਾ ਗਿਆ ਮੈਂ ਕਿਹਨੇ ਨਹੀਂ ਪਾਉਣਾ ਸੀ ਉਹ ਮੇਰਾ ਯਾਰ ਜੀ ਨੇ ਕਿਹਾ ਇੱਥੇ ਪਾ ਦੇ ਮੈਂ ਉਹਨੂੰ ਪਾਤਾ ਇਹੋ ਜਿਹੇ ਤਾਂ ਲੋਕ ਨੇ ਇਹਨਾਂ ਦੇ ਨਾਲ ਜਿਹਨਾਂ ਕੋਲ ਸੈਂਸਲੈਸ ਲੋਕ ਨੇ ਕੋਈ ਪੜ੍ਹਿਆ ਲਿਖਿਆ ਨਾਲ ਕੋਈ ਬੰਦਾ ਇਹਨਾਂ ਦੇ ਤਾਂ ਵਜ਼ੀਰ ਪੜ੍ਹੇ ਨਹੀਂ ਗੇ ਅਨਪੜ੍ਹ ਜਾਹਲ ਸਾਰੇ ਕਰਪਟ ਦੇ ਜ਼ਮਾਨਾ ਦੇ ਮਿਲਦੇ ਵੀ ਅੱਛਾ ਤੁਸੀਂ ਇਹ ਗੱਲ ਅੱਗੇ ਦਿੱਤੀ ਕਿ ਮੈਂ ਗ੍ਰਿਫਤਾਰੀ ਦੇਣਾ ਚਾਹੁੰਦਾ ਹਾਂਜੀ ਤੁਹਾਡੀ ਕਿੰਨੀ ਉਮਰ ਹੋਈ ਮੇਰੀ 68 ਸਾਲ ਉਮਰ ਤੇ ਇਸ ਉਮਰ ਦੇ ਵਿੱਚ ਕਿਉਂ ਨਹੀਂ ਤੁਸੀਂ ਜੇਲ੍ਹਾਂ ਵਿੱਚ ਖੰਜਰ ਹੋਣਾ ਚਾਹੁੰਦੇ ਸਰ ਮੈਂ ਦੁਨੀਆ ਦੇ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸੋਚ ਰਹਾ ਵਾਂ ਕਿ ਮੈਂ ਇਸ ਮੁਲਕ ਦਾ ਸੇਵ ਕੁਝ ਵੀ ਨਹੀਂ ਕੀਤਾ ਮੈਂ ਆਪਣੇ ਅਸੇ ਵੀ ਕੁਝ ਨਹੀਂ ਕੀਤਾ ਤੇ ਮੁਲਕ ਦਾ ਸੇਵ ਕਿਸੇ ਅਸੇ ਕੁਝ ਨਹੀਂ ਕੀਤਾ ਸ਼ਾਇਦ ਮੈਂ ਇਸ ਕੰਮ ਨੂੰ ਕਰਕੇ ਤੇ ਦੁਨੀਆ ਤੋਂ ਜਾਵਾਂ ਤੇ ਮੈਂ ਅੱਲਾ ਦੀ ਨਜ਼ਰ ਇਸ਼ਕ ਮੁਤਬਰ ਹੋ ਜਾਵਾਂ ਕਿ ਇਹ ਬੰਦੇ ਨੇ ਇੱਕ ਕੰਮ ਤੇ ਚੰਗਾ ਕਰਕੇ ਆਇਆ ਦੁਨੀਆ ਤੇ ਦੇਖਿਆ ਜੀ ਤੁਸੀਂ ਸੋਚ ਦੇਖੋ ਜੀ ਮਾਸ਼ਾਅੱਲਾ 68 ਸਾਲ ਬਜ਼ੁਰਗਾਂ ਦੀ ਉਮਰ ਹੈ ਸ਼ਾਇਰ ਨੇ ਬੜੇ ਅੱਛੇ ਸ਼ਾਇਰ ਨੇ ਮੈਂ ਇਹਨਾਂ ਦਾ ਦੀਵਾਨ ਪੂਰਾ ਸੁਣਿਆ ਬੜਾ ਮਜ਼ਾ ਆਇਆ ਮੈਨੂੰ ਤੇ ਇਨਸ਼ਾਅੱਲਾ ਸੁਬਾ ਜ਼ਮਾਨ ਪਾਰਕ ਦੇ ਵਿੱਚ ਇਸ ਟਾਈਮ ਰਾਤ ਦਾ ਟਾਈਮ ਹੈ ਜਿਸ ਵੇਲੇ ਅਸੀਂ ਵੀ ਲਾਗ ਪੇ ਕਰਦੇ ਸੁਬਾ ਇਹ ਮੈਨੂੰ ਵੀ ਕਹਿੰਦੇ ਸਨ ਕਿ ਮੈਂ ਗ੍ਰਿਫਤਾਰੀ ਦੇਣੀ ਔਰ ਮੇਰਾ ਨਾਮਾ ਉੱਥੇ ਲਿਖਾਓ ਮੈਨੂੰ ਮੈਂ ਕਿਹਾ ਕਿ ਜੀ ਸੁਬਾ ਇਨਸ਼ਾਅੱਲਾ ਤਾਲਾ ਨਾ ਉੱਥੇ ਚਲਾਂਦੇ ਔਰ ਉੱਥੇ ਜਾ ਕੇ ਤੁਹਾਨੂੰ ਇਹਨਾਂ ਦਾ ਦੀਵਾਨ ਵੀ ਇੱਕ ਦੋ ਸੁਣਾ ਦੇ ਇੱਕ ਦੋ ਇਹਨਾਂ ਦੀਆਂ ਗਜ਼ਲਾਂ ਉਹਨਾਂ ਦੇ ਸ਼ਾਇਰੀ ਮਜਮੂਏ
इंशाल्लाह मिलने सुबह इन्होंने दीवान भी सुनानी गजल भी सुनानी।